यूनाइटेड अकाली दल के प्रधान भाई मोकम सिंह आज अमृतसर में साईं मियां मीर फाउंडेशन की ओर से करवाए प्रोग्राम में पहुंचे। वहीं पत्रकारों के सवालों पर भाई मोकम सिंह ने बताया कि जो अमरीक सिंह अजनाला और रंजीत सिंह ढड़रिया वाले का विवाद चल रहा है उसको आपस में उन्हें सुलझा लेना चाहिए। साथ ही उन्होंने कहा कि अगर श्रोमणी गुरुद्वारा प्रबंधक कमेटी की ओर से चुनाव कराए जाएंगे तो यूनाइटेड अकाली दल की ओर से भी उस चुनाव को ईमानदारी के साथ और पूरी मेहनत के साथ लड़ा जाएगा। रंजीत सिंह जी ढड़रिया वाले दे ते अमरीक सिंह जी अजनाले दा विवाद चल रहा है, उसके बारे तुम्हारे की विचार? देखो जहेदार अमरीक सिंह साडे भरा ने, बड़े कुरबानी वाले आ, सेवा वाले आ, ते पंथ वास्ते हर समय वो तत्पर रहिंदे आ। ਢੱਡੀਆਂ ਵਾਲਿਆਂ ਨੇ ਵੀ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਬਹੁਤ ਲੋਕਾਂ ਨੂੰ ਅੰਮ੍ਰਿਤ ਛਕਾਇਆ, ਸਿੱਖੀ ਨਾਲ ਜੋੜਿਆ, ਅਤੇ ਕੁਝ ਮਤਭੇਦ ਹੈਗੇ ਨੇ, ਉਹਨਾਂ ਤੋਂ ਐਵੇਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਮਤਭੇਦ ਇਸ ਕਿਸਮ ਦੇ ਵੀ ਉਹ ਅੰਦਰ ਬੈਠ ਕੇ ਹੱਲ ਕਰਨ ਵਾਲੇ ਆ, ਉਹਨਾਂ ਨੂੰ ਸਾਨੂੰ ਸ਼ਾਲੀ ਨਹੀਂ ਕਰਨੀ ਚਾਹੀਦੀ। ਸੂਰਜ ਪ੍ਰਕਾਸ਼ ਬਾਰੇ ਕੁਛ ਜ਼ਿਕਰ ਆਏ ਨੇ, ਹੋਰ ਵੀ ਹੈ, ਉਹ ਸ਼੍ਰੋਮਣੀ ਕਮੇਟੀ ਨੇ 100 ਸਾਲ ਹੋ ਗਿਆ ਬਣੀ, ਭਾਈ ਸੰਤੋਖ ਸਿੰਘ ਜੀ ਵੇਲੇ ਇਹ ਲਿਖਤ ਛਾਪੇਖਾਨੇ ਨਹੀਂ ਸਨ, ਉਦੋਂ ਬਾਅਦ ਉਹਨਾਂ ਦੇ ਛਾਪੇਖਾਨੇ ਜਦੋਂ ਆਏ, ਉਹਨਾਂ ਦੇ ਭਤੀਜੇ ਨੇ ਪਹੁੰਚ ਕੀਤੀ ਕੋਈ ਲੋਕਾਂ ਤੱਕ, ਅਤੇ ਕੁਝ ਵਿਦਵਾਨ ਇਕੱਠੇ ਕੀਤੇ ਗਏ, ਕੋਈ ਗੈਰ ਸਿੱਖ ਧਰਮ ਤੋਂ ਵੀ ਵਿਦਵਾਨ ਸਨ ਜਿਨ੍ਹਾਂ ਦੇ ਨਾਮ ਵੀ ਸਾਡੇ ਕੋਲ ਉਪਲਬਧ ਨੇ, ਅਤੇ ਉਹਨਾਂ ਵਿੱਚ ਕੁਝ ਗੱਲਾਂ ਥੋੜ੍ਹੀ ਥੋੜ੍ਹੀ ਕਿਤੇ ਨਾ ਕਿਤੇ ਕੋਈ ਪਈ ਅੱਖਰ ਜਿਹੜਾ ਉਹਨੂੰ ਬੈਠ ਕੇ, ਅਤੇ ਭਾਈ ਵੀਰ ਸਿੰਘ ਨੇ ਜਿਹੜੀ ਥੱਲੇ ਸੁਧਾਈ ਕੀਤੀ ਉਹਦੇ ਮੁਤਾਬਕ ਸੋਧ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ। ਇੱਥੇ ਉਹਨਾਂ ਬਹੁਤ ਅਣਗਹਿਲੀ ਕੀਤੀ ਹੈ, ਬਹੁਤ ਦੇਰ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਕਰਦੀ ਹੈ, ਤੁਹਾਡਾ ਕੀ ਸਟੈਂਡ ਰਹੇਗਾ ਤੁਹਾਡੀ ਪਾਰਟੀ ਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ, 10 ਸਾਲ ਹੋ ਜਾਣੇ ਅਗਲੇ ਸਾਲ, ਅਤੇ ਇਹ ਮੈਂ ਸਮਝਦਾ ਕਿ ਇਹ ਇੱਕ ਬੜੀ ਭਿਆਨਕ ਚਾਲ ਹੈ ਸਰਕਾਰ ਦੀ ਵੀ, ਸੈਂਟਰ ਦੀ, ਅਤੇ ਬਾਦਲ ਦਲ ਦੀ ਵੀ, ਅਤੇ ਪੰਜਾਬ ਵਾਲੇ ਦੀ। ਇਹ ਇਲੈਕਸ਼ਨ ਕਦੇ ਵੀ 5 ਸਾਲਾਂ ਬਾਅਦ ਹੋਣ ਨਹੀਂ ਦਿੰਦੇ, ਕਿਤੇ 18 ਸਾਲ, ਕਿਤੇ 17 ਸਾਲ, ਕਿਤੇ 14 ਸਾਲ, ਕਿਤੇ 10 ਸਾਲ, ਕਿਤੇ ਹੁਣ ਵੀ 10 ਹੋ ਚੱਲੇ ਆ। ਇਹ ਜਾਣ ਬੁੱਝ ਕੇ ਇੱਦਾਂ ਕਰਦੇ ਵੀ ਲੋਕ ਸ਼੍ਰੋਮਣੀ ਕਮੇਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਜਾਵੇ, ਹੌਲੀ ਹੌਲੀ ਸ਼੍ਰੋਮਣੀ ਕਮੇਟੀ ਜਿਹੜੀ ਆ ਟਰੱਸਟਾਂ ਟਰੁਸਟਾਂ 'ਚ ਪ੍ਰਵੇਸ਼ ਕਰ ਦਿੱਤੀ ਜਾਵੇ, ਨਿੱਕੇ ਨਿੱਕੇ ਮਤਲਬ ਕਿ ਦੁਆਰਾ ਇਹਨੂੰ ਖਿਲਾਰ ਦਿੱਤਾ ਜਾਵੇ ਜਿਵੇਂ ਪਹਿਲਾਂ ਹੁੰਦੀ ਆਮ ਤੌਰ 'ਤੇ। ਇਹ ਜਿਹੜੀ ਹੈ ਸਾਡੇ ਵਿਰੋਧੀਆਂ ਨੂੰ ਅਤੇ ਬਾਦਲ ਕਿਆਂ ਨੂੰ, ਸਾਰਿਆਂ ਨੂੰ ਮਾਫਕ ਨਹੀਂ ਗੀ, ਅਤੇ ਉਹਨਾਂ 'ਚ ਹਾਂ ਇਹ ਉਹਨਾਂ ਚਿਰ ਹੀ ਸ਼੍ਰੋਮਣੀ ਕਮੇਟੀ ਰੱਖਣਾ ਚਾਹੁੰਦੇ ਜਿੰਨਾ ਚਿਰ ਇਹਨਾਂ ਦੇ ਹਿੱਤ ਪਲਦੇ ਆ। ਹੁਣ ਵੀ ਇਹਨਾਂ ਬਹੁਤ ਸਾਰੀਆਂ ਚੀਜ਼ਾਂ ਟਰੱਸਟਾਂ 'ਚ ਲੈ ਲਈਆਂ ਨੇ, ਯੂਨੀਵਰਸਿਟੀਆਂ ਦੇ ਟਰੱਸਟ ਬਣਾਤੇ ਆ, ਹਸਪਤਾਲਾਂ ਦੇ ਟਰੱਸਟ ਬਣਾਤੇ ਆ, ਕਾਲਜਾਂ ਦੇ ਹਸਪਤਾਲ ਬਣਾਤੇ ਆ, ਜਿਵੇਂ ਗੁਰੂ ਗੋਬਿੰਦ ਸਿੰਘ ਕਾਲਜ ਵੀ ਟਰੱਸਟ ਸੀ, ਟਰੱਸਟ ਜਿੱਤ ਕੇ ਲੈ ਗਿਆ ਉਹਨਾਂ ਦਾ ਕੇਸ। ਹੌਲੀ ਹੌਲੀ ਇਹਨਾਂ ਨੇ ਗੁਰੂ ਘਰ ਦੀ ਜਿਹੜੀ ਜਾਇਦਾਦ ਹੈ ਉਹਨੂੰ ਟਰੱਸਟਾਂ ਦੇ ਲੈ ਕੇ ਅਤੇ ਰਾਜਨੀਤਿਕ ਲੋਕਾਂ ਨੇ ਹੰਡਵਣੀ ਹੈ। ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾਈ ਜਾਵੇ ਅਤੇ ਸਾਰੇ ਟਰੱਸਟ ਭੰਗ ਕਰਕੇ ਦੁਬਾਰਾ ਤੋਂ ਸ਼੍ਰੋਮਣੀ ਕਮੇਟੀ ਦੇ ਪੰਥ ਦੇ ਅਧੀਨ ਗੁਰਦੁਆਰੇ ਕੀਤੇ ਜਾਣ, ਇਹ ਸਾਡੀ ਇੱਛਾ। ਯੂਨਾਈਟਡ ਅਕਾਲੀ ਦਲ ਲੜੇਗਾ ਵੀ, ਯੂਨਾਈਟਡ ਅਕਾਲੀ ਦਲ ਹਰ ਉਸ ਵਿਅਕਤੀ ਦਾ, ਹਰ ਉਸ ਜਥੇਬੰਦੀ ਦਾ ਸਹਿਯੋਗ ਦੇਵੇਗਾ ਵੀ ਅਤੇ ਲਵੇਗਾ ਵੀ, ਸਭ ਨੂੰ ਨਾਲ ਲੈ ਕੇ ਜਾਵੇਗਾ। ਢੱਡਰੇਵਾਲੇ ਦੇ ਲੈ ਕੇ ਸਰ ਕੀ ਲੱਗਦਾ ਨਹੀਂ ਕਿ ਹੁਣ ਵਿਵਾਦ ਖਤਮ ਹੋਣਾ ਚਾਹੀਦਾ, ਕਿਉਂਕਿ ਬਹੁਤ ਲੰਮਾ ਚਿਰ ਹੋ ਗਿਆ ਜੀ ਇਸ ਨੂੰ। ਮੈਂ ਤਾਂ ਕਹਿੰਦਾ ਜੀ ਹੱਲ ਹੋਣਾ ਚਾਹੀਦਾ।